ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਏ ਜੀ ਅੰਮ੍ਰਿਤਸਰ ਪੰਜਾਬ ਨਿਊਜ਼ ਚੈਨਲ, ਖਬਰ ਅਮਰਜੀਤ ਸਿੰਘ ਦੀ। MLA ਸੁਨੀਲ ਦੱਤੀ ਜੀ ਦੇ ਦਫ਼ਤਰ ਵਿੱਚ 2 ਕਿਲੋਵਾਟ ਤੱਕ ਦੇ ਖਪਤਕਾਰਾਂ ਦੇ ਬਕਾਇਆ ਬਿਜਲੀ ਬਿੱਲ ਮਾਫ਼ ਕਰਨ ਲਈ ਪੂਰੇ ਪਰਿਵਾਰ ਅਤੇ ਵਰਕਰਾਂ ਵੱਲੋਂ ਫਾਰਮ ਭਰੇ ਗਏ। ਸ਼ੁਭ ਦਿਹਾੜਾ ਆ ਰਿਹਾ ਦੀਵਾਲੀ ਦਾ ਵੀ, ਅੱਜ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਵੀ ਹੈਗਾ ਵਾ, ਅਤੇ ਬੜੇ ਹੀ ਉਤਸ਼ਾਹ ਦੇ ਵਿੱਚ ਪੰਜਾਬ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ। ਇਸ ਸੰਬੰਧ ਵਿੱਚ ਤੁਸੀਂ ਸਾਡੇ ਜਿਹੜੇ ਕਿ ਭਾਰਤ ਵਾਸੀ ਉਹਨਾਂ ਨੂੰ ਕੁਛ ਸੁਨੇਹ ਦੇਣਾ ਜੀ? ਇਹ ਫੈਸਟੀਵਲ ਸੀਜ਼ਨ ਆ ਜੀ ਸਾਰਾ ਹੀ, ਜਿਉਂ ਅਗਸਤ ਮੌਨਸੂਨ ਨਿਕਲਦੀਆਂ ਨੇ ਅਤੇ ਫਿਰ ਹਿੰਦੁਸਤਾਨ ਦਾ ਇਤਿਹਾਸ ਆ ਕਿ ਰੰਗ ਬਿਰੰਗੇ ਬਾਜ਼ਾਰ ਹੋ ਜਾਂਦੇ ਨੇ ਜੀ, ਬਿਲਕੁਲ। ਔਰ ਸਾਰੇ ਖੁਸ਼ੀਆਂ ਨਾਲ ਤਿਉਹਾਰ ਮਨਾਓ ਜਿਹੜੇ ਵੀ ਆ ਰਹੇ ਨੇ, ਆਪਸੀ ਭਾਈਚਾਰਾ ਕਾਇਮ ਰੱਖੋ। ਪਿਛਲੇ 5 ਦਿਨ ਤੋਂ ਮੇਰੇ ਕੈਂਪ ਆਫਿਸ 'ਚ ਕੈਂਪ ਲੱਗਾ, ਲੜਕੇ 20-25 ਬੈਠੇ ਨੇ, ਔਰ ਮੈਂ ਆਪ ਬੈਠਦਾ, ਮੇਰਾ ਸਾਰਾ ਪਰਿਵਾਰ ਬੈਠਦਾ, ਸੋਨੂੰ ਦੱਤੀ ਜੀ, ਦਿੱਤਿਆ ਦੱਤੀ ਜੀ, ਮਮਤਾ ਦੱਤਾ ਜੀ, ਸਵੇਰੇ 9:30 ਤੋਂ ਲੈ ਕੇ 7:30 ਵਜੇ ਤੱਕ ਇਹ ਕੈਂਪ ਖੁੱਲ੍ਹਿਆ ਰਹਿੰਦਾ। ਆਓ ਆਪਣੇ ਬਿੱਲਾਂ ਦੀ ਅਤੇ ਮੁਸ਼ਕਲ ਦੂਰ ਤੁਸੀਂ ਇਹ ਕੀਤੀ ਹੈ ਜਿਹੜੀ ਕੰਮ ਕਰਵਾਉਣਾ ਹੀ ਆ, ਹੋਰ ਵੀ ਕੋਈ ਡਿਵੈਲਪਮੈਂਟ ਦਾ ਕੰਮ ਆ ਚਾਹੇ ਕੋਈ ਕੰਮ ਆ, ਆਓ ਔਰ ਆਪਣੇ ਸਾਰੇ ਕੰਮ ਕਰਾਓ ਜੀ। ਮੈਂ ਇੱਕ ਸਵਾਲ ਇੱਥੇ ਪੁੱਛਾਂਗਾ, ਜਿਸ ਤਰ੍ਹਾਂ ਕਿ ਤੁਸੀਂ ਐਡੇ ਵਧੀਆ ਵਧੀਆ ਕੰਮ ਕਰ ਰਹੇ, ਤੁਹਾਨੂੰ ਅਜੇ ਤੱਕ ਕੋਈ ਅਹੁਦਾ ਨਹੀਂ ਮਿਲਿਆ, ਬਾਕੀ ਜਿਨ੍ਹਾਂ ਨੇ ਕੰਮ ਕੋਈ ਕੀਤਾ ਨਹੀਂ ਗਾ ਉਹਨਾਂ ਨੂੰ ਅਹੁਦੇ ਵੰਡ ਦਿੱਤੇ ਗਏ ਆ, ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ ਜੀ, ਨਹੀਂ ਨਹੀਂ, ਦੇਖੋ ਸਾਡੇ ਉਹ MLA ਅਜੇ ਪਏ ਨੇ ਜਿਹੜੇ 4-4, 5-5 ਵਾਰੀ ਜਿੱਤੇ ਨੇ, ਮੇਰਾ ਤਾਂ ਕੋਈ ਹੱਕ ਹੀ ਨਹੀਂ ਬਣਦਾ ਜੀ। ਨੋ ਨਾ 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 ਭਾਜੀ, ਮੈਨੂੰ ਤਾਂ ਇਸ ਨੌਰਥ ਹਲਕੇ ਵਾਸੀਆਂ ਨੇ ਪਾਰਟੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਟਿਕਟ ਦਿੱਤੀ, ਫਿਰ ਮੈਂ ਆਪਣੇ ਨੌਰਥ ਹਲਕੇ ਵਾਸੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਮੈਨੂੰ ਜਿਤਾਇਆ, ਔਰ ਫਿਰ ਮੈਂ ਸਭ ਤੋਂ ਵੱਡਾ ਧੰਨਵਾਦੀ ਇਸ ਗੱਲ ਦਾ ਕਿ ਪਾਰਟੀ ਦਾ ਪੂਰਾ ਸਹਿਯੋਗ ਔਰ ਲੋਕਾਂ ਦਾ ਪੂਰਾ ਸਹਿਯੋਗ ਜੋ ਮਿਲਿਆ 4.5 ਸਾਲ ਦੇ ਵਿੱਚ, ਉਹਦੇ ਵਿੱਚ ਮੇਰੇ ਵਿੱਚ ਇੱਕ ਐਨਰਜੀ ਆ ਕਿ ਮੈਂ ਹੋਰ ਕੰਮ ਕਰਾਂ ਔਰ ਆਉਣ ਵਾਲੇ ਵਕਤ ਦੇ ਵਿੱਚ ਲੋਕ ਫਿਰ ਮੇਰੇ ਨਾਲ ਖੜ੍ਹੇ ਹੋਣ, ਅਸੀਂ ਫਿਰ ਜਿੱਤੀਏ, ਸਰਕਾਰ ਬਣਾਈਏ, ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅੱਛੇ ਫੈਸਲੇ ਪੰਜਾਬ ਲਈ। ਮੈਂ ਪੰਜਾਬ ਨਿਵਾਸੀਆਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ, ਆਪਸੀ ਭਾਈਚਾਰਾ ਬਹੁਤ ਜ਼ਰੂਰੀ ਹਰ ਵਕਤ, ਜੋ ਹਾਲਾਤ ਬਾਰਡਰ 'ਤੇ ਨੇ ਚਾਹੇ ਕੁਛ ਵੀ ਆ, ਸਾਡਾ ਪੂਰਾ ਕੰਟਰੋਲ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ, ਔਰ ਪੰਜਾਬ ਦੇ ਬੱਚੇ ਜੋ ਬਾਹਰ ਜਾ ਰਹੇ ਆ, ਬੇਰੁਜ਼ਗਾਰੀ ਹੈ, ਪੰਜਾਬ ਦੀ ਇੰਡਸਟਰੀ ਸਾਰੀ ਜਿਹੜੀ ਸ਼ਿਫਟ ਹੋ ਗਈ ਹੈ, ਪੰਜਾਬ ਦਾ ਪਾਣੀ ਨੀਚੇ ਜਾ ਰਿਹਾ, ਅਸੀਂ ਡਾਇਵਰਸੀਫਿਕੇਸ਼ਨ ਫਸਲਾਂ ਝੋਨੇ ਅਤੇ ਕਣਕ ਦੇ ਵਿੱਚੋਂ ਨਿਕਲਣਾ, ਚਾਹੇ ਡੀਮੋਨੀਟਾਈਜੇਸ਼ਨ ਤੋਂ ਬਾਅਦ ਪੰਜਾਬ ਦਾ, ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦਾ ਬਹੁਤ ਨੁਕਸਾਨ ਹੋਇਆ, ਪਰ ਅਸੀਂ ਪੰਜਾਬੀ ਇੱਕ ਹਿੰਮਤ ਵਾਲੇ ਹਾਂ, ਬਹੁਤ ਵਧੀਆ ਟੀਮ, ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ, ਨਵਜੋਤ ਸਿੰਘ ਸਿੱਧੂ ਜੀ ਸਾਡੇ ਪ੍ਰਧਾਨ, ਉਹਨਾਂ ਦੀ ਇੱਕ ਟੀਮ ਹੈ। ਇਸ ਬਾਰੇ ਨਵਜੋਤ ਸਿੰਘ ਸਿੱਧੂ ਜੀ ਦੇ ਉੱਤੇ ਵੀ ਉਂਗਲਾਂ ਜਿਹੜੀਆਂ ਕਿ ਲੋਕਾਂ ਵੱਲੋਂ ਚੁੱਕੀਆਂ ਜਾ ਰਹੀਆਂ ਵਾ, ਇਸ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ? ਨਹੀਂ ਨਹੀਂ, ਦੇਖੋ ਨਵਜੋਤ ਸਿੰਘ ਸਿੱਧੂ ਜੀ ਮੁੱਦਿਆਂ 'ਤੇ ਗੱਲ ਕਰ ਰਹੇ ਨੇ, ਚੰਨੀ ਸਾਹਿਬ ਉਹ ਆਸੇ ਆਸੇ ਉਹਨੂੰ ਕਲੀਅਰ ਕਰਦੇ ਜਾ ਰਹੇ, ਦੋਨੋਂ ਇਕੱਠੇ ਬੈਠਦੇ ਨੇ, ਫੈਸਲੇ ਹੁੰਦੇ ਆ ਉਹਨੂੰ ਲਾਗੂ ਕਰ ਦਿੱਤਾ ਜਾਂਦਾ। ਇਹ ਤਾਂ ਸਿਰਫ ਮੈਂ ਜਾਂ ਦੇਖਾਂਗਾ, ਮੀਡੀਆ ਦੀ ਕੋਈ ਨਾ ਕੋਈ ਖਬਰ ਆ ਜਾਂਦੀ ਇਹਨਾਂ ਨੂੰ, ਦੇਖੋ ਮੈਂ ਆਪਣੀ ਖਬਰ ਬਣਾਉਣ ਲਈ, ਕੋਈ ਐਸੀ ਗੱਲ ਨਹੀਂ ਆ ਜੀ। ਹਾਂਜੀ, ਕੋਈ ਸਭ ਕੁਝ ਠੀਕ ਆ, ਸਰਦਾਰ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਸਿੰਘ ਚੰਨੀ ਜੀ ਇੱਕ ਹੋ ਕੇ ਚੱਲ ਰਹੇ ਨੇ, ਸਾਰੀ ਪਾਰਟੀ ਉਹਨਾਂ ਦੇ ਨਾਲ ਆ। 2022 ਦਾ ਮਿਸ਼ਨ, ਅਸੀਂ ਬਹੁਤ ਵੱਡੀ ਜਿਹੜੇ ਸਰਵੇ ਆਏ ਆ ਲੀਡ ਨਾਲ ਜਿੱਤ ਰਹੇ ਹਾਂ, ਵਿਰੋਧੀਆਂ ਦੀਆਂ ਸ਼ਰਾਰਤਾਂ ਹੋਣਗੀਆਂ ਜਿਹੜੀਆਂ ਤੁਹਾਨੂੰ ਨਜ਼ਰ ਆਉਣਗੀਆਂ, ਬਖਲਾਏ ਪਏ ਨੇ, ਘਬਰਾਏ ਪਏ ਨੇ, ਉਹ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਅੱਜ 80 ਤੋਂ ਲੈ ਕੇ 100 ਸੀਟਾਂ 'ਤੇ ਜਿੱਤ ਹਾਸਿਲ ਕਰ ਰਹੀ ਹੈ, ਵਿਰੋਧੀ ਘਬਰਾਏ ਨੇ, ਉਹਨਾਂ ਦੇ ਅਸ਼ਗੂਫੇ ਨੇ, ਉਹਨਾਂ 'ਤੇ ਧਿਆਨ ਨਾ ਦਿਓ। ਧੰਨਵਾਦ ਜੀ, ਸ਼ੁਕਰੀਆ।